ਇੰਡੀਆ ਕ੍ਰਾਈਮ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਫਤਿਹਗੜ੍ਹ ਚੂੜੀਆਂ ਤੋਂ ਮਜੀਠਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੋਮਾ ਵਡਾਲਾ ਵਿਖੇ ਸਥਿਤ ਬਾਬਾ ਰੋਡੇ ਸ਼ਾਹ ਦੇ ਮੇਲੇ ਜੋ ਇਹਨਾਂ ਦਿਨਾਂ ਦੇ ਵਿੱਚ ਹਰ ਸਾਲ ਲੰਮੇ ਸਮੇਂ ਤੋਂ ਮਨਾਇਆ ਜਾਂਦਾ ਹੈ, ਉਹਨਾਂ ਹੋਰਨਾਂ ਪੰਜਾਬ ਦੇ ਮੇਲਿਆਂ ਤੋਂ ਬਹੁਤ ਵੱਖ ਹੈ ਕਿਉਂਕਿ ਇਸ ਜਗ੍ਹਾ 'ਤੇ ਵੱਖ ਵੱਖ ਸਮਾਧਾਂ ਵੀ ਹਨ ਜਿੱਥੇ ਕਿ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਦੂਰ ਦੂਰ ਤੋਂ ਸੰਗਤਾਂ ਵਿਦੇਸ਼ਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਸ਼ਰਧਾ ਅਤੇ ਭਾਵਨਾ ਦੇ ਨਾਲ ਨਤਮਸਤਕ ਹੋਣ ਦੇ ਲਈ ਆਉਂਦੇ ਹਨ ਅਤੇ ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਇਸ ਜਗ੍ਹਾ ਦੇ ਉੱਤੇ ਜੋ ਵੀ ਮਨੋਕਾਮਨਾ ਮੰਗਦਾ ਹੈ ਉਹ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅਤੇ ਮੁਰਾਦਾਂ ਪੂਰੀਆਂ ਹੋਣ ਦੇ ਨਾਲ ਇੱਥੇ ਸੰਗਤਾਂ ਹਰ ਸਾਲ ਵੱਡੇ ਅਤੇ ਵੱਖ ਵੱਖ ਬ੍ਰਾਂਡਾਂ ਦੇ ਵਿੱਚ ਘਰ ਦੀ ਕੱਢੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਮੇਲੇ 'ਤੇ ਆਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਹੈ ਅਤੇ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਹੀ ਰੰਗ ਦੇ ਵਿੱਚ ਦਿਖਾਈ ਦਿੰਦੇ ਹਨ ਅਤੇ ਆਪਣੀ ਹੀ ਮਸਤੀ ਦੇ ਵਿੱਚ ਭੰਗੜੇ ਪਾਉਂਦੇ ਹਨ ਅਤੇ ਬਾਬੇ ਰੋਡੇ ਸ਼ਾਹ ਦੇ ਨਾਅਰੇ ਵੀ ਲਗਾਉਂਦੇ ਹਨ। ਇੱਥੇ ਆਏ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੇਲੇ ਦੇ ਵਿੱਚ ਹਰ ਸਾਲ ਉਸ ਇਸ ਮੇਲੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ਅਤੇ ਉਹ ਹਰ ਸਾਲ ਆਪਣੇ ਪਰਿਵਾਰ ਦੇ ਨਾਲ ਇੱਥੇ ਨਤਮਸਤਕ ਹੁੰਦੇ ਹਨ ਅਤੇ ਸ਼ਰਾਬ ਪੀਣ ਦੇ ਸ਼ੌਕੀਨਾਂ ਦੇ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰੇ ਮੇਲਿਆਂ ਨਾਲੋਂ ਖਾਸ ਅਤੇ ਵੱਖਰਾ ਹੁੰਦਾ ਹੈ। ਭਾਵੇਂ ਕਿ ਦੇਸੀ ਸ਼ਰਾਬ ਗੈਰ ਕਾਨੂੰਨੀ ਮੰਨੀ ਜਾਂਦੀ ਹੈ ਲੇਕਿਨ ਇੱਥੇ ਸ਼ਰਾਬ ਲੋਕ ਦੇਸੀ ਸ਼ਰਾਬ ਲੈ ਕੇ ਆਉਂਦੇ ਹਨ ਅਤੇ ਪੁਲਿਸ ਦੇ ਵੱਲੋਂ ਵੀ ਰੋਕ ਨਹੀਂ ਰਹਿੰਦੀ ਅਤੇ ਦੂਸਰੇ ਪਾਸੇ ਪੁਲਿਸ ਵੱਲੋਂ ਮੇਲੇ 'ਚ ਚੱਲਦੀ ਭੀੜ ਹੋਣ ਦੇ ਕਾਰਨ ਪੁਲਿਸ ਵੀ ਵਿਸ਼ੇਸ਼ ਤੈਨਾਤੀ ਕੀਤੀ ਜਾਂਦੀ ਹੈ। ਪੱਤਰਕਾਰ ਦੀਪਕ ਕੁਮਾਰ ਅਤੇ ਲੱਕੀ ਭਾਟੀਆ ਦੀ ਇਹ ਖਾਸ ਰਿਪੋਰਟ। Thank you.
ਅਸੀਂ ਬਰਾਲੇ ਦੇ ਰਹਿਣ ਵਾਲੇ ਬਾਬਾ ਰੋਡ ਦੇ ਮੱਥਾ ਟੇਕਣ ਆਏ ਆ ਤੇ ਸਾਡੀ ਮੰਨਤ ਪੂਰੀ ਹੋਈ ਸਾਡੇ ਕਾਕਾ ਆਇਆ ਛੋਟਾ ਜਵਾਕ 4 ਸਾਲ ਬੜਾ ਹੋਇਆ ਬਾਬੇ ਰੋਡ ਦੇ ਮੱਥਾ ਟੇਕਣ ਆਏ ਠੀਕ ਹੈ ਤਨ ਤਨ ਬਾਬਾ ਰੋਡਾ ਸਰਕਾਰ ਦੇ ਦਾ ਵੇਲਾ ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਉਮਮਾ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੇ ਲੋਕੀ ਪਹੁੰਚਦੇ ਨੇ ਜੀ ਜਿਨ੍ਹਾਂ ਨੂੰ ਰੱਬ ਪੁੱਤਰ ਦਿੰਦਾ ਆ ਨੌਵਾਂ ਦਿੰਦਾ ਹੈ ਕੁਛ ਨੂੰ ਰੋਟੀ ਰਿਜ਼ਕੀ ਨੂੰ ਰੁਜ਼ਗਾਰ ਦਿੰਦਾ ਹੈ ਬਾਬਾ ਰੋਡਾ ਜੀ ਦੇ ਡਰ ਤੇ ਮੀਟ ਸ਼ਰਾਬ ਸਭ ਤੋਂ ਦੌਲਤਾਂ ਦੇ ਨਾਲ ਬਾਬਾ ਜੀ ਦੇ ਲੰਗਰ ਲੱਗਦੇ ਹਨ ਸਭ ਸੰਗਤਾਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਹਨ ਔਰ ਬਾਬਾ ਜੀ ਦੇ ਦਰ ਤੇ ਪਹੁੰਚ ਕੇ ਬਾਬਾ ਰੋਡਾ ਜੀ ਤੋਂ ਮੁਰਾਦਾਂ ਪਾਉਂਦੀਆਂ ਹਨ ਜੇ ਕਰ ਬਾਬਾ ਰੋਡਾ ਜੀ ਦਾ ਬਾਬਾ ਰੋਡਾ ਜੀ ਤੇ ਲੰਗਰ ਲਾਇਆ ਜੀ ਬਹੁਤ ਵਧੀਆ ਇੱਥੇ ਲੰਗਰ ਲਾਇਆ ਮੇਲਾ ਬਹੁਤ ਭਰਿਆ ਹੈਗਾ ਬਾਕੀ ਬਾਬਾ ਜੀ ਕੋਲ ਸਭ ਕੁਝ ਮਿਲਿਆ ਆ ਮਾਲਕ ਸਾਰਿਆਂ ਨੂੰ ਦਵੇ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ ਰਹੀਏ ਤੋਂ ਅਸੀਂ ਬਹੁਤ ਵਧੀਆ ਸਥਾਨ ਆ ਬਾਬਾ ਜੀ ਦਾ ਬਹੁਤ ਮਾਨਤਾ ਪੂਰੀ ਹੁੰਦੀ ਆ ਇੱਥੇ ਅਸੀਂ ਹਰ ਸਾਲ ਮੇਲੇ ਦੇ ਇੱਥੇ ਇਸ ਤਰ੍ਹਾਂ ਹੀ ਆਈਦਾ ਸਾਡੀ ਪੂਰੀ ਟੀਮ ਆ ਜੀ ਘੁੰਮ ਆ ਕੇ ਇਹਦਾ ਪੂਰਾ ਇੰਜੋਇਮੈਂਟ ਬਾਬੇ ਜੀ ਬਹੁਤ ਸ਼ਰਧਾ ਪਾ ਕੇ ਇੱਥੇ ਕੰਧਾਂ ਦੇ ਨਾਲ ਹਰ ਕੋਈ ਹੁੰਦਾ ਹਰ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਇੱਥੇ ਹਰ ਸਾਲ ਮੰਨਤ ਪੂਰੀ ਹੁੰਦੀ ਹਰ ਸਾਲ ਅਸੀਂ ਆਉਂਦੇ ਹਾਂ ਨਾਲ ਪ੍ਰਸਾਦ ਚੜਾ ਕੇ ਲੈ ਪ੍ਰਸਾਦ ਚੜਾਈਦਾ ਨਾਲ ਲੈ ਕੇ ਜਾਈਦਾ ਵਾ ਮੈਂ ਗੁਰਮੇਲ ਸਿੰਘ ਪਟਵਾਰੀ ਅੱਜ ਸਮਾਲ ਬਾਬਾ ਰੋਡਾ ਜੀ ਮੇਰੇ ਕੋਲ ਬਾਰੇ ਸਥਾਨ ਹੋਏ ਅੱਜ ਸਰਾਣਾ ਮੇਲਾ ਚੱਲ ਰਿਹਾ ਹੈ ਇਹ ਮੇਲਾ 2 ਦਿਨ ਚੱਲਦਾ ਇਸ ਉੱਤੇ ਜੋ ਕਿ ਲੋਕਾਂ ਦੀ ਮਨੋਕਾਮਨਾ ਪੂਰੀ ਹੋ ਬਾਬਾ ਦੇ ਸਥਾਨ ਮੱਥੇ ਕੋਲ ਵਾਸਤੇ ਆਉਂਦੇ ਹਨ ਲੱਖਾਂ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਹੈ ਇਹ ਮੇਲਾ ਹਰ ਸਾਲ ਮਨਾਇਆ ਜਾਂਦਾ ਮੈਂ ਮਨਦੀਪ ਸਿੰਘ ਝੰਡੀਆ ਇਹ ਹਰ ਸਾਲ ਮੇਲਾ ਬਹੁਤ ਵਧੀਆ ਲੱਗਦਾ ਬਾਬੇ ਰੋਡੇ ਦੀ ਬਹੁਤ ਮੰਨਤਾ ਆ ਹਰ ਸਾਲ ਲਾਗੇ ਲਾਗੇ ਪਿੰਡਾਂ ਤੋਂ ਬਹੁਤ ਦੁਨੀਆ ਇਕੱਠ ਕਰਦੀ ਆ ਬਹੁਤ ਕਰਨੀ ਵਾਲਾ ਬਾਬਾ ਵਾ ਇਹ ਬਾਬਾ ਰੋਡੇ ਜੀ ਦਾ ਮੇਲਾ ਹਰ ਸਾਲ ਹੁੰਦਾ ਆ ਬੋਲਵਾ ਜੀ ਹਾਂਜੀ ਮੇਰਾ ਨਾਮ ਹਰਪ੍ਰੀਤ ਝੰਡੀਆ ਇੱਥੇ ਬਹੁਤ ਸ਼ਰਧਾ ਨਾਲ ਲੋਕੀ ਆਉਂਦੇ ਨੇ ਹਰ ਸਾਲ ਮੇਲਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੀ ਬਹੁਤ ਰੌਣਕ ਤੁਹਾਡੇ ਸਾਹਮਣੇ ਭੰਗੜੇ ਪੈ ਰਹੇ ਆ ਬਹੁਤ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਤੇ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਆ ਅਸੀਂ ਵੀ ਹਰ ਸਾਲ ਆਪਣੇ ਪਿੰਡੋਂ ਸੰਗਤ ਲਿਆ ਕੇ ਉੱਥੇ ਮੱਥਾ ਟਿਕਾਈਦਾ ਵਾ ਤੇ ਬਹੁਤ ਹੀ ਵਧੀਆ ਇੱਥੇ ਸਾਰਾ ਯੋਗਦਾਨ ਸਾਰੇ ਪਿੰਡਾਂ ਦਾ ਰਵਾਏ ਇੱਥੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਦਾ ਹੈ ਤੇ ਲੋਕੀ ਖੁਸ਼ੀਆਂ ਆਪਣੀਆਂ ਤੋਂ ਲੈ ਕੇ ਜਾਂਦੇ ਨੇ ਬਹੁਤ ਹੀ ਕਿਰਪਾ ਹੈ ਤੇ ਸਾਰੇ ਇੱਥੇ ਖੁਸ਼ੀਆਂ ਲੈ ਕੇ ਸਾਰੇ ਜਾਂਦੇ ਨੇ ਬਾਬਾ ਰੋਡਾ ਜੀ ਜਿਨ੍ਹਾਂ ਦਾ ਪਿੰਡ ਧਵਾਨ ਦਮੋਦਰ ਜਿਨ੍ਹਾਂ ਨੇ ਝੋਨੇ ਦੀ ਧਰਤੀ ਨੂੰ ਆਣ ਕੇ ਭਾਗ ਲਾਏ ਕਿਉਂਕਿ ਅੱਜ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਦਾਰੂ ਦਾ ਸ਼ਰਾਬ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਚੜ੍ਹਾਇਆ ਜਾਂਦਾ ਹੈ ਬਾਬਾ ਜੀ ਬਹੁਤ ਭਗਤੀ ਵਾਲੇ ਸਨ
ਜਿਹੜੇ ਵੀ ਗੱਲ ਮੂੰਹ ਕਹਿੰਦੇ ਹਨ ਪੂਰੀ ਹੋ ਜਾਂਦੀ ਸੀ। ਹੋਰ ਬਾਬਾ ਬਰੋਡਾ ਜੀ ਦੀ ਜਗ੍ਹਾ ਤੇ ਹਰ ਇੱਕ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਕੁਦਰਤੀ ਸਾਨੂੰ ਸੇਵਾ ਮਿਲੀ, ਅਸੀਂ ਅਮਰੀਕਾ ਤੋਂ ਹਰ ਸਾਲ ਆਉਂਦੇ ਹਾਂ ਇੱਥੇ ਮੇਲਾ ਕਰਾਉਣ ਵਾਸਤੇ। ਬਾਕੀ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਇੱਥੇ ਆ ਕੇ। ਜੀ ਅਸੀਂ ਹਰ ਸਾਲ ਅਸੀਂ ਇੱਥੇ ਆਣ ਕੇ ਸੇਵਾ ਕਰਾਉਂਦੇ ਹਾਂ। ਮਹਾਰਾਜ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਆ। ਮਹਾਰਾਜ ਬਾਬਾ ਰੋਡਾ ਹੀ ਸਾਡੇ ਉੱਤੇ ਹੱਥ ਰੱਖਦੇ ਆ। ਅਸੀਂ ਹਰ ਸਾਲ ਅਸੀਂ ਸੇਵਾ ਕਰਨ ਆਉਂਦੇ ਹਾਂ, ਜਿੰਨੇ ਜੋਗੇ ਹੈਗੇ ਆ ਹਰ ਸਾਲ ਸੇਵਾ ਕਰਨੇ। ਮਹਾਰਾਜ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਾਬੇ ਰੋਡੇ ਦਾ ਜੋ ਵੀ ਮੇਲਾ ਚੱਲਦਾ ਹਰ ਸਾਲ ਦੀ ਤਰ੍ਹਾਂ ਇੱਦਾਂ ਬਹੁਤ ਵਧੀਆ ਮਨਾਇਆ ਜਾਂਦਾ, ਜੋ ਵੀ ਭਾਰੀ ਸੰਗਤ ਦੇ ਨਾਲ, ਜੋ ਵੀ ਕਾਫੀ ਰੌਣਕਾਂ ਦੇ ਨਾਲ ਲੋਕਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ। ਲੋਕ ਦੂਰੋਂ ਦੂਰੋਂ ਸ਼ਰਾਬ ਲੈ ਕੇ ਆਉਂਦੇ ਨੇ। ਸੋ ਬਹੁਤ ਵਧੀਆ ਮੇਲਾ ਮਨਾਇਆ ਜਾਂਦਾ, ਇੱਦਾਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ। ਬਹੁਤ ਵਧੀਆ, ਖੂਬ ਲੋਕ ਆਨੰਦਮਾਨ। ਬਾਬਾ ਰੋਡਾ ਜੀ ਵੀ ਆਏ ਆ, ਮੱਥਾ ਟੇਕਣਾ ਆ, ਬੜੀ ਸ਼ਰਧਾ ਭਾਵਨਾ ਨਾਲ ਆਏ ਆ। ਇੱਥੇ ਜਿਹੜਾ ਵੀ ਕੋਈ ਆਉਂਦਾ ਉਹਦੀ ਸ਼ਰਧਾ ਭਾਵਨਾ ਪੂਰੀ ਹੁੰਦੀ ਆ ਜੀ। ਜਿਹੜੇ ਆਓ ਮੱਥਾ ਟੇਕੋ, ਮਹਾਰਾਜ ਦੇ ਘਰੇ ਹਜ਼ੂਰੀ ਭਰੋ ਜੀ। ਬਹੁਤ ਬਹੁਤ ਮਿਹਰ ਕਿਰਪਾ ਕਰਦਾ ਮਹਾਰਾਜ ਜੀ। ਆਪਾਂ ਪ੍ਰਸ਼ਾਦ ਆਪ ਚੜ੍ਹਾਉਂਦੇ ਆ, ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ, ਬਰਪਾਲ ਪਿੰਡ ਆ। ਬਹੁਤ ਬਹੁਤ ਚੜ੍ਹਦੀ ਕਲਾ ਜੀ, ਜਿੱਥੇ ਕੋਈ ਆਉਂਦਾ ਵਾ ਆਪਣਾ ਚੜ੍ਹਦੀ ਕਲਾ ਦੇ ਹਿਸਾਬ ਨਾਲ ਜੀ। ਆਓ ਆਪਣੇ ਗੁਰੂ ਘਰ ਵਾਲਿਓ, ਮੱਥਾ ਟੇਕੋ ਆਣ ਕੇ ਮਹਾਰਾਜ। ਹਾਂਜੀ, ਬਾਬੇ ਰੋਡੇ ਦੇ ਮੇਲੇ ਦੇ ਡੀਐਸਪੀ ਸਾਹਿਬ ਮਜੀਠਾ ਤੇ ਐਸਐਚਓ ਮਜੀਠਾ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ। ਕੋਈ ਵਿਘਨ ਨਹੀਂ ਪਿਆ, ਟ੍ਰੈਫਿਕ ਚੱਲ ਰਹੀ ਆ, ਮੇਲਾ ਬਹੁਤ ਵਧੀਆ ਚੱਲ ਰਿਹਾ ਸ਼ਾਂਤਪੂਰਨ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।